ਉਹ ਐਸੇ ਦੀਨ ਦਿਆਲ ਸਤਿਗੁਰੂ ਸਾਡੇ ਤੇ ਤਰੁੱਠ ਕੇ ਆਪਣੀ ਜ਼ੁਬਾਨੀ ਪਾਕ ਤੋਂ ਉਚਾਰਨ ਕਰਕੇ ਸੂਹੀ ਰਾਗ ਦੇ ਅੰਦਰ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਦੁਨੀਆ ਦੇ ਲੋਗੋ ਸੰਸਾਰ ਦੇ ਵਿੱਚ ਰਹਿੰਦਿਆਂ ਸਰੀਰ ਹੀ ਸਭ ਕੁਝ ਨਹੀਂ, ਸੰਸਾਰ ਨੂੰ ਚਲਾਉਣ ਵਾਲਾ, ਸੰਸਾਰ ਦੇ ਜੀਵਨ ਨੂੰ ਉਤਪੰਨ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਸਮਰੱਥ ਹੈ, ਸਰਬੱਗ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਬੱਗਤਾ ਜਨਾਉਂਦਿਆਂ ਅਤੇ ਜਿਹੜੇ ਜੀਵ ਪਰਿਪੂਰਨ ਪਰਮਾਤਮਾ ਦੀ ਪੁਦੈਸ਼ ਹੁੰਦਿਆਂ ਹੋਇਆਂ ਮਨ ਅੰਦਰ ਹਉਮੈ ਗੁਮਾਨ ਕਰ ਲੈਂਦੇ ਨੇ ਕਿ ਮੈਂ ਸੰਸਾਰ ਦੇ ਅੰਦਰ ਬਹੁਤ ਵੱਡੀ ਮਹਾਰਤ ਹਾਸਲ ਕਰ ਲਈ ਏ, ਮੇਰੇ ਜਿਹਾ ਕੌਣ ਏ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਮਿਹਰ ਕਰਦੇ ਨੇ, ਭਲਿਆ ਸੰਸਾਰ ਦੇ ਅੰਦਰ ਸਤਿਗੁਰੂ ਦੇ ਨਾਲੋਂ ਵੱਧ ਕੇ ਸੰਸਾਰ ਦੇ ਅੰਦਰ ਵੱਡਾ ਹੀ ਕੋਈ ਨਹੀਂ। ਇਸ ਕਰਕੇ ਮਹਾਰਾਜ ਨਿਰਮਾਨਤਾ ਪਦ ਖਾਉਂਦਿਆਂ ਹੋਇਆਂ ਆ ਸਾਨੂੰ ਜਨਾਉਂਦਿਆਂ ਹੋਇਆਂ ਦਰਸਾਉਂਦਿਆਂ ਹੋਇਆਂ ਮਹਾਰਾਜ ਆਪਣੀ ਜ਼ੁਬਾਨੇ ਪਾਕ ਤੂੰ ਬਚਨ ਕਰਦੇ, ਮੇਰੇ ਹਰ ਜੀਓ ਸਭ ਕੋ ਤੇਰੇ ਵਸ। ਮਹਾਰਾਜ ਦਾਤਾਰ ਪ੍ਰਭੂ ਸਭ ਕੁਝ ਤੇਰੇ ਵਸ ਵਿੱਚ, ਮੇਰੇ ਵਸ ਵਿੱਚ ਕੁਝ ਨਹੀਂ ਹੈ। ਜੋ ਕੁਝ ਹੈ ਉਹ ਤੇਰੇ ਵਸ ਵਿੱਚ, ਸਾਡੇ ਵਸ ਵਿੱਚ ਕੋਈ ਨਹੀਂ। ਸਾਡੇ ਵਸ ਵਿੱਚ ਇਹ ਨਹੀਂ ਕਿ ਅਸੀਂ ਹੱਥ ਹਿਲਾ ਸਕੀਏ, ਸਾਡੇ ਹੱਥ ਵਿੱਚ ਇਹ ਨਹੀਂ ਕਿ ਅਸੀਂ ਕੁਝ ਕਦਮ ਅੱਗੇ ਵਧਾ ਸਕੀਏ। ਇਹ ਸਭ ਕੁਝ ਪ੍ਰਭੂ ਦੀ ਕਿਰਪਾ ਦੇ ਨਾਲ ਹੁੰਦਾ, ਉਹਦੀ ਰਹਿਮਤ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਹੀ ਮੇਰੇ ਅਕਾਲ ਪੁਰਖ ਵਾਹਿਗੁਰੂ ਕੀਤਾ ਕਰਨਾ ਸਰਬ ਰਜ਼ਾਈ। ਮਹਾਰਾਜ ਜੋ ਕੁਝ ਕੀਤਾ ਬਣਾਇਆ ਬਣਤਰ ਬਣੀ ਆ ਸੰਸਾਰ ਉਹ ਕਿਸੇ ਜੀਵ ਦੇ ਕਾਰਨ ਨਹੀਂ ਬਣੀ, ਕੋਈ ਉਹਦਾ ਕਰਤਾ ਕੋਈ ਜੀਵ ਨਹੀਂ ਹੈ। ਮਹਾਰਾਜ ਉਹ ਤੂੰ ਕਰਤਾ ਅਤੇ ਤੂੰ ਬਣਾਉਣ ਵਾਲਾ ਹੈ ਮੇਰੇ ਮਾਲਕ ਜੀ। ਕਰਨਾ ਜੋ ਕੁਝ ਤੂੰ ਸਾਨੂੰ ਬਣਾਇਆ ਅਤੇ ਅਸੀਂ ਕਰ ਰਹੇ ਹਾਂ ਅਤੇ ਜਾਂ ਸੰਸਾਰ ਦੇ ਵਿੱਚ ਜੋ ਕੁਝ ਕਾਰਨ ਨੇ ਔਰ ਉਹ ਸਾਰਾ ਪਰਪੰਚ ਜਿਹੜਾ ਨਾ ਸੰਸਾਰ, ਵਾਹਿਗੁਰੂ ਇਹ ਕਿਸੇ ਦਾ ਕੀਤਾ ਨਹੀਂ, ਇਹਦਾ ਕਰਨਾ ਕਰਨ ਵਾਲਾ ਕਰਤਾ ਮੇਰੇ ਵਾਹਿਗੁਰੂ ਤੂੰ ਹੈ ਸਰਬ ਸਾਰੇ ਦਾ। ਜੋ ਕੁਝ ਇਹ ਸੰਸਾਰ ਦੀ ਬਣਤਰ ਬਣੀ ਹੈ ਇਹਨੂੰ ਕੀਤਾ ਕਰਨ ਵਾਲਾ ਬਣਾਉਣ ਵਾਲਾ ਤੂੰ ਹੈ ਅਤੇ ਵਾਹਿਗੁਰੂ ਇਹ ਸਾਰੇ ਦਾ ਸਾਰਾ ਤੇਰੀ ਰਜ਼ਾ ਵਿੱਚ ਤੇਰੇ ਹੁਕਮ ਅੰਦਰ ਹੈ। ਤੇਰੇ ਹੁਕਮ ਤੋਂ ਬਗੈਰ ਕੋਈ ਹੋਂਦ ਵਿੱਚ ਨਹੀਂ ਆਉਂਦਾ, ਤੇਰੇ ਹੁਕਮ ਤੋਂ ਬਗੈਰ ਕੋਈ ਜੀਵਨ ਨਹੀਂ ਜਿਉਂਦਾ। ਮੇਰੇ ਮਾਲਕਾ ਤੇਰੀ ਰਜ਼ਾ ਤੋਂ ਬਗੈਰ ਤੇਰੇ
ਗੁਣ ਕੋਈ ਨਹੀਂ ਗਾਉਂਦਾ, ਤੇਰੀ ਰਜ਼ਾ ਹੁਕਮ ਤੋਂ ਬਗੈਰ ਤੇਰੇ ਨਾਲ ਮਿਲਾਪ ਨਹੀਂ ਹੁੰਦਾ। ਪਾਤਸ਼ਾਹ ਬਾਣੀ ਅੰਦਰ ਬਚਨ ਕਰਦੇ, ਧੰਨ ਗੁਰੂ ਨਾਨਕ ਨਿਰੰਕਾਰੀ ਮਹਾਰਾਜ, ਜਦੋਂ ਜਪ ਜੀ ਸਾਹਿਬ ਪੜ੍ਹਦੇ ਆ ਨਾ, ਤੇ ਮਹਾਰਾਜ ਮਿਹਰ ਕਰਦੇ ਹੁਕਮੀ ਹੋਵਨ ਆਕਾਰ। ਆਕਾਰ ਨੇ ਜੀ ਵਜੂਦ, ਸਰੀਰ, ਬਣਤਰ, ਜੋ ਕੁਝ ਨਜ਼ਰ ਆਉਂਦੀ ਹੈ ਸੰਸਾਰ ਦੇ ਅੰਦਰ, ਪ੍ਰਕਿਰਤੀ ਦੇ ਅੰਦਰ, ਉਹ ਸਭ ਕੁਝ ਵਾਹਿਗੁਰੂ ਆਪਣੇ ਆਪ ਨਹੀਂ, ਉਹ ਤੇਰੇ ਹੁਕਮ ਦੇ ਵਿੱਚ ਹੋਇਆ, ਤੇਰੇ ਹੁਕਮ ਨਾਲ ਹੋਇਆ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਾ ਜਾਈ, ਤੇਰਾ ਹੁਕਮ ਕਿੱਡਾ ਕੁ ਵੱਡਾ ਹੈ, ਕਿੰਨੀ ਕੁ ਸਮਰੱਥਾ ਵਾਲਾ ਹੈ, ਕਿੰਨੀਆਂ ਕੁ ਬਖਸ਼ਿਸ਼ਾਂ ਵਾਲਾ ਹੈ, ਕਿੰਨੀਆਂ ਕੁ ਦਾਤਾਂ ਦੇਣ ਵਾਲਾ ਹੈ, ਕੋਈ ਬਿਆਨ ਨਹੀਂ ਕਰ ਸਕਦਾ। ਔਰ ਮਹਾਰਾਜ ਮਿਹਰ ਕਰਦੇ ਤੇਰੇ ਹੁਕਮ ਵਰਗਾ ਕੋਈ ਨਹੀਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਾ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੇ ਉੱਤਮਾ ਨੀਚ, ਹੁਕਮਾ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ। ਜਿਹਨੇ ਹੁਕਮ ਨੂੰ ਸਮਝ ਲਿਆ, ਜਿਹਨੇ ਹੁਕਮ ਨੂੰ ਅਪਣਾ ਲਿਆ, ਜਿਹਨੂੰ ਮਾਲਕ ਦਾ ਹੁਕਮ ਸਮਝ ਆ ਗਿਆ ਕਿ ਉਹਦੇ ਹੁਕਮ ਵਿੱਚ ਹੋ ਰਿਹਾ, ਉਹਦੇ ਹੁਕਮ ਵਿੱਚ ਚੱਲ ਰਿਹਾ, ਉਹਦੇ ਹੁਕਮ ਵਿੱਚ ਜੀਵ ਸੰਸਾਰ ਦਾ ਸਫ਼ਰ ਕਰਕੇ ਵਾਪਸ ਮੁੜ ਰਿਹਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਮਨੁੱਖ ਹੋਮੇ ਨਹੀਂ ਕਰੇਗਾ ਕਿ ਮੈਂ ਕੀਤਾ, ਮੈਂ ਕਰਤਾ, ਮੈਂ ਕਰਾਂਗਾ, ਮੈਂ ਬਹੁਤ ਕੁਝ ਜਾਣਦਾ। ਕਹੇਗਾ ਨਹੀਂ, ਜੋ ਕੁਝ ਹੋਵੇਗਾ ਉਹ ਪਰਿਪੂਰਨ ਪਰਮਾਤਮਾ ਦੇ ਹੁਕਮ ਵਿੱਚ ਹੋਵੇਗਾ, ਜੋ ਕੁਝ ਵੀ ਹੋਵੇਗਾ ਉਹਦੇ ਹੁਕਮ ਦੇ ਅੰਦਰ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਉਹਦੀ ਰਜ਼ਾ ਦੇ ਵਿੱਚ ਰਹਿ, ਔਰ ਤਾਂ ਜਾ ਕੇ ਸੰਸਾਰ ਦੇ ਵਿੱਚ ਮਾਲਕ ਦੇ ਨਾਲ ਜੁੜਿਆ ਜਾਣਾ ਹੀ। ਹੇ ਵਾਹਿਗੁਰੂ, ਤੇਰੀ ਰਜ਼ਾ ਦੇ ਅੰਦਰ ਇਹ ਸਾਰੇ ਜਿੰਨੇ ਜੀਵ ਇਹਨਾਂ ਇਹ ਰਹਿੰਦੇ ਨੇ, ਇਹਨਾਂ ਦੀ ਉਤਪਤੀ ਹੁੰਦੀ ਹੈ। ਤੇਰੀ ਰਜ਼ਾ ਤੋਂ ਬਾਹਰ ਇਹ ਆਪਣੀ ਮਨਮਰਜ਼ੀ ਨਾਲ ਕੁਝ ਨਹੀਂ ਕਰਦੇ। ਤੇਰੀ ਰਜ਼ਾ ਵਿੱਚ ਜਨਮ ਹੋਣਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਜਗ੍ਹਾ ਕਿਹੋ ਜਿਹੀ ਹੋਵੇ, ਪਰਿਸਥਿਤੀ ਕਿਹੋ ਜਿਹੀ ਹੋਵੇ, ਕੋਈ ਰੋਕ ਨਹੀਂ ਸਕਦਾ। ਜੀਵਨ ਪਰਮਾਤਮਾ ਨੇ ਚਾਹਿਆ ਹੈ, ਇਹਨੇ ਸੰਸਾਰ ਵਿੱਚ ਜਵਾਨ ਹੋਣਾ ਹੈ ਅਤੇ ਸੰਸਾਰ ਦੇ ਕੁਝ ਧੰਦਿਆਂ ਨੂੰ ਨਪਟਾਣਾ ਹੈ, ਅਤੇ ਜਿੰਨਾ ਮਰਜ਼ੀ ਕੋਈ ਉਹਨੂੰ ਰੋਕਣ ਦਾ ਯਤਨ ਕਰੇ ਉਹ ਜਵਾਨੀ ਤੱਕ ਪਹੁੰਚ ਜਾਂਦਾ, ਉਹਨਾਂ ਕਾਰਜਾਂ ਨੂੰ ਕਰਦਾ। ਮਾਰਨ ਵਾਲੇ ਬੜੀਆਂ ਤਕਨੀਕਾਂ ਬਣਾਉਂਦੇ ਨੇ, ਬੜੇ ਢੰਗ ਵਰਤਦੇ ਨੇ, ਪਰ ਪੇਸ਼ ਕੋਈ ਨਹੀਂ ਜਾਂਦੀ। ਜੋ ਕੁਝ ਉਹਨੇ ਕਰਨਾ ਆ ਉਹ ਕਰ ਦਿੰਦਾ ਆ। ਕੇਵਲ ਇਹ ਨਹੀਂ ਕਿ ਉਹ ਮਨੁੱਖ ਆ ਜੀ, ਉਹਦੇ ਕੋਲ ਕੋਈ ਪਹੁੰਚ ਨਹੀਂ ਸੀ, ਉਹ ਕੁਝ ਨਹੀਂ ਕਰ ਸਕਿਆ, ਅਤੇ ਕੋਈ ਬੜਾ ਵੱਡਾ ਸ਼ਕਤੀਸ਼ਾਲੀ
ਰਾਧਾ ਰਦਵਾੜਾ ਕਹੇ ਮੈਂ ਤਾਂ ਸਭ ਕੁਝ ਕਰ ਸਕਦਾ। ਮਹਾਰਾਜ ਕਹਿੰਦੇ ਨਹੀਂ, ਪ੍ਰਹਿਲਾਦ ਦਾ ਬਾਪ ਰਾਧਾ ਸੀਗਾ, ਉਹਨੂੰ ਮਾਰਨਾ ਤਾਂ ਆ। ਔਰ ਧਰੂ ਦਾ ਬਾਪ ਰਾਧਾ ਸੀਗਾ, ਦੋਨਾਂ ਨੇ ਪਰਮਾਤਮਾ ਨੂੰ ਮਿਲਣਾ ਹੈ, ਦੋਨਾਂ ਨੇ ਕੁਝ ਨਵੀਆਂ ਪੈੜਾਂ ਪਾਉਣੀਆਂ ਨੇ। ਪ੍ਰਹਿਲਾਦ ਨੂੰ ਮਾਰਨ ਵਾਸਤੇ ਬਾਪ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ, ਕੋਈ ਢੰਗ ਨਾ ਛੱਡਿਆ, ਪਰ ਪਰਮਾਤਮਾ ਨੂੰ ਪਤਾ ਹੈ ਇਹਨੇ ਦੁਨੀਆ ਨੂੰ ਮਾਰਗ ਬਣਾ ਕੇ ਦੇਣਾ ਹੈ, ਇਹਨੇ ਬੰਦਗੀ ਕਰਨੀ, ਇਹਨੇ ਨਵੀਆਂ ਪੈੜਾਂ ਪਾਉਣੀਆਂ ਹੈ। ਲੋਕਾਂ ਨੇ ਇਹਦੇ ਵੱਲੇ ਦੇਖ ਕੇ ਇਸ ਭਗਤੀ ਦੇ ਮਾਰਗ 'ਤੇ ਚੱਲਣਾ ਹੈ। ਮਹਾਰਾਜ ਨੇ ਉਹਦੀ ਜੈ ਜੈ ਕਾਰ ਕਰ ਦਿੱਤੀ। ਜਿਹੜੇ ਮਾਰਨਾ ਚਾਹੁੰਦੇ ਸਨ, ਮਕਾਉਣਾ ਚਾਹੁੰਦੇ ਸਨ, ਉਹ ਮੁੱਕ ਗਏ, ਅਤੇ ਜਿਨ੍ਹਾਂ ਨੂੰ ਮਾਰਨਾ ਚਾਹੁੰਦੇ ਸਨ ਉਹਨਾਂ ਦੀ ਦੁਹਾਈ ਸੰਸਾਰ ਵਿੱਚ ਪਈ, ਡੰਕਾ ਸੰਸਾਰ ਵਿੱਚ ਵੱਜਿਆ। ਦੋਨੇ ਹੀ ਬਚਪਨ ਵਿੱਚ ਸਨ, ਲਗਭਗ 5 ਸਾਲ ਦੀ ਉਮਰ ਵਿੱਚ, ਅਤੇ ਉਹਨਾਂ ਦੋਨਾਂ ਦਾ ਐਗਜ਼ਾਮਪਲ ਮਹਾਰਾਜ ਨੇ ਗੁਰਬਾਣੀ ਅੰਦਰ ਦਿੱਤਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਐਉਂ ਜਪ। ਮਹਾਰਾਜ ਕਹਿੰਦੇ ਕਿੰਨਾ ਵੱਡਾ ਰਜਵਾੜਾ ਹੋਵੇ, ਰਾਜਾ ਹੋਵੇ, ਫੌਜਾਂ ਦਾ ਮਾਲਕ ਹੋਵੇ, ਕਿਲਿਆਂ ਦਾ ਮਾਲਕ ਹੋਵੇ, ਉਹ ਕੁਝ ਨਹੀਂ ਕਰ ਸਕਦਾ, ਕਿਉਂਕਿ ਉਹਦੇ ਹੱਥ ਵਿੱਚ ਕੁਝ ਨਹੀਂ ਹੈ, ਉਹ ਹੋਣਾ ਜੋ ਤੈਨੂੰ ਪਾਉਂਦਾ ਹੈ। ਇਸ ਲਈ ਉਹਦੀ ਰਜ਼ਾ ਦੇ ਵਿੱਚ ਰਹਿ। ਕਹਿੰਦੇ ਕਿਛ ਕੀਚੈ ਜੇ ਕਰ ਸਕੀਐ, ਜੇ ਕੋਈ ਕਹੇ ਮੇਰੇ ਵਿੱਚ ਬੜੀ ਸਮਰੱਥਾ, ਬੜੀ ਤਾਕਤ ਹੈ, ਮਹਾਰਾਜ ਕਹਿੰਦੇ ਫਿਰ ਕੁਝ ਕਰੋ, ਜੇ ਕਰ ਸਕਨੇ ਹੋ ਤਾਂ, ਤਾਕਤ ਹੈ ਤਾਂ ਕਰਕੇ ਦਿਖਾਓ ਬਈ ਆਹ ਕੁਝ ਅਸੀਂ ਪਰਮਾਤਮਾ ਤੋਂ ਵੱਖਰਾ ਕਰ ਦਿੰਦੇ। ਪਰਮਾਤਮਾ ਨੇ ਸਾਹਸ ਦਿੱਤੇ ਨੇ, ਤੈਨੂੰ ਵਧਾ ਕੇ ਦਿਖਾ ਦਿਓ, ਜੇ ਮੁਰਦਾ ਕਰ ਦਿੱਤਾ ਜ਼ਿੰਦਾ ਕਰ ਦਿਓ, ਨਹੀਂ ਕਰ ਸਕੇਗਾ ਕੋਈ ਵੀ। ਜਦੋਂ ਪਰਮਾਤਮਾ ਨੇ ਉਸ ਸਵਾਸਾਂ ਦੀ ਡੋਰੀ ਨੂੰ ਤੋੜ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਆ, ਹੇ ਮੇਰੇ ਵਾਹਿਗੁਰੂ, ਹੁੰਦਾ ਉਹ ਆ ਜੋ ਤੂੰ ਕਰੇ, ਜੋ ਤੂੰ ਕਰਾਵਹਿ ਸੋ ਕਰੀ ਪਿਆਰੇ, ਹੇ ਮੇਰੇ ਵਾਹਿਗੁਰੂ ਜੋ ਤੂੰ ਕਰਵਾਉਣਾ ਹੈ ਨਾ। ਉਹ ਸੰਸਾਰ ਦੇ ਜੀਵ ਕਰਦੇ ਨੇ ਅਵਰ ਕਿਸ਼ ਕਰਨ ਨਾਨ ਜਾਏ, ਅਵਰ ਹੋਰ ਕੋਈ ਕੁਝ ਕਰਨਾ ਨਹੀਂ ਜਾਣਦਾ, ਕੋਈ ਪਹੁੰਚ ਨਹੀਂ ਸਕਦਾ, ਕਰ ਨਹੀਂ ਸਕਦਾ, ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਨ। ਮਹਾਰਾਜ ਕਹਿੰਦੇ ਉਹ ਸਲਾਹ ਪਰਵਾਨੀ ਕੇ, ਮਹਾਰਾਜ ਜੋ ਤੂੰ ਕਰਦਾ, ਜੋ ਤੂੰ ਸਲਾਹ ਦੇਣਾ, ਜੋ ਤੂੰ ਕਿਰਪਾ ਕਰਦਾ, ਉਹ ਪ੍ਰਵਾਨਿਤ ਹੁੰਦਾ ਹੈ, ਦੂਜਾ ਨਹੀਂ ਹੁੰਦਾ। ਮਹਾਰਾਜ ਮੇਰ ਕਰਦੇ ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮਹਾਰਾਜ ਹਰ ਮਨੁੱਖ ਆਪਣੀ ਬਹੁਤ ਬੁੱਧੀ ਦਾ ਬਲ ਲਾਉਂਦਾ, ਆਪਣੇ ਜੀਵਨ ਅੰਦਰ ਆਪਣੀ ਸਮਝ ਮੁਤੱਲਕ ਬਹੁਤ ਅੱਗੇ ਨੂੰ ਉਡਾਰੀਆਂ ਮਾਰਦਾ ਹੈ। ਅਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਵਾਹਿਗੁਰੂ ਆਪਣਾ ਕੀਤਾ ਕਿਛੂ ਨਾ ਹੋਵੇ, ਸਾਡਾ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ, ਅਸੀਂ ਕੁਝ ਨਹੀਂ ਕਰ ਸਕਦੇ। ਮਹਾਰਾਜ
ਜਿਉਂ ਹਰ ਭਾਵੈ। ਹੇ ਹਰੀ ਪਰਮਾਤਮਾ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਤਿਉਂ ਰੱਖੀਏ, ਤਿਉਂ ਸਾਨੂੰ ਉਸੇ ਤਰ੍ਹਾਂ ਰੱਖਣਾ ਕਰ, ਬਚਾਉਣਾ ਕਰ। ਜਿਹੜੇ ਭਗਤ ਗੁਰਸਿੱਖ ਸਤਿਗੁਰੂ ਉਸ ਦੀ ਰਜ਼ਾ ਵਿੱਚ ਰਹਿੰਦੇ ਨੇ, ਹੇ ਮੇਰੇ ਵਾਹਿਗੁਰੂ ਤੂੰ ਜਿਵੇਂ ਕਿਰਪਾ ਕਰਦਾ ਹੈ, ਉਵੇਂ ਅਸੀਂ ਰਹਾਂਗੇ ਸੰਸਾਰ ਦੀ ਕਾਨ ਕਨੌੜ ਸਾਨੂੰ ਨਹੀਂ। ਜਿਵੇਂ ਤੈਨੂੰ ਪਾਉਂਦਾ ਹੈ ਨਾ, ਉਵੇਂ ਰੱਖ, ਉਸੇ ਤਰ੍ਹਾਂ ਸਾਡੇ 'ਤੇ ਕਿਰਪਾ ਕਰ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਭਗਤ ਬਾਬਾ ਨਾਮਦੇਵ ਜੀ ਨੇ ਵੀ ਬਚਨ ਕੀਤੇ, ਕਹਿ ਲੱਗੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭਗਤ ਜੀ ਕਹਿੰਦੇ ਮੇਰਾ ਕੀਤਾ ਹੋਇਆ ਕੁਝ ਨਹੀਂ ਹੋਣਾ, ਜੋ ਪਰਮਾਤਮਾ ਕਰੇਗਾ ਹੋਣਾ ਉਹ ਆ। ਇਹ ਬਚਨ ਉਸ ਵੇਲੇ ਭਗਤ ਜੀ ਨੇ ਕਹਿਣਾ ਕੀਤੇ ਜਦੋਂ ਬਾਦਸ਼ਾਹ ਨੇ ਭਗਤ ਜੀ ਨੂੰ ਕੈਦੀ ਬਣਾਇਆ, ਇਸ ਕਰਕੇ ਕਿ ਤੇਰੇ ਵਿੱਚ ਸ਼ਕਤੀਆਂ ਬਹੁਤ ਨੇ, ਮੈਂ ਸੁਣਿਆ, ਔਰ ਤੈਨੂੰ ਭਗਤੀ ਕਰਦਾ ਅਤੇ ਸ਼ਕਤੀਆਂ ਬਹੁਤ ਨੇ। ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਕਿੱਥੋਂ ਪਤਾ ਲੱਗਾ? ਜਿਹੜੇ ਕਾਜ਼ੀ ਸਨ ਉਹ ਕਹਿੰਦੇ ਕਾਫਰ ਵਿੱਚ ਇੰਨੀ ਸ਼ਕਤੀ ਭਗਤੀ ਵਾਲਾ ਕਾਫਰਾਂ ਵਿੱਚ ਨਹੀਂ ਚਾਹੀਦਾ, ਕਾਫਰ ਇਹਨੂੰ ਕਿਉਂ ਨਾ ਸਲਾਮ ਵਿੱਚ ਲਿਆਂਦਾ ਜਾਏ। ਅਤੇ ਜਿਹੜੇ ਪੰਡਿਤ ਬ੍ਰਾਹਮਣ ਸਨ ਉਹਨਾਂ ਨੂੰ ਈਰਖਾ ਇਹ ਸੀ ਕਿ ਭਗਤ ਜੀ ਦੇ ਕੋਲ ਲੋਕ ਜ਼ਿਆਦੇ ਆਉਂਦੇ ਨੇ, ਆ ਸਾਡੀ ਪੂਜਾ ਘਟਦੀ ਜਾਂਦੀ ਹੈ, ਸਭ ਇਹਦੇ ਚਰਨਾਂ 'ਤੇ ਝੁਕੀ ਜਾਂਦੇ ਨੇ, ਅਤੇ ਸਾਨੂੰ ਬ੍ਰਾਹਮਣ ਨੂੰ ਗੁਰੂ ਮੰਨਦੇ ਸਨ ਅਤੇ ਸਾਡੀ ਪੂਜਾ ਚੇਸ਼ਟਾ ਘਟਦੀ ਜਾ ਰਹੀ। ਭਗਤ ਜੀ ਨੂੰ ਕਹਿਣ ਲੱਗਾ, ਬਾਦਸ਼ਾਹ ਕਹਿੰਦਾ ਹੈ ਕਿ ਭਗਤ ਜੀ ਜੇ ਤੁਸੀਂ ਇੰਨੀ ਦਾਤ ਬਖਸ਼ ਸ਼ਕਤੀ ਰੱਖਣੇ ਹੋ ਤਾਂ ਮੇਰਾ ਜਿਹੜਾ ਬੱਚਾ ਨਾ ਉਹ ਦੁੱਧ ਪੀਂਦਾ ਅਤੇ ਇਸ ਗਊ ਦਾ ਪੀਂਦਾ ਸੀ, ਉਹ ਗਾਂ ਮਰ ਗਈ ਹੈ ਅਤੇ ਤੁਸੀਂ ਉਹ ਗਾਂ ਨੂੰ ਜ਼ਿੰਦਾ ਕਰਦੇ ਹੋ। ਅਗਰ ਗਾਂ ਨੂੰ ਜ਼ਿੰਦਾ ਨਹੀਂ ਕਰੋਗੇ ਫਿਰ ਇਸਲਾਮ ਨੂੰ ਕਬੂਲ ਕਰਦੇ ਹੋ, ਜਾਨ ਬਖਸ਼ੀ ਜਾਏਗੀ। ਜੇ ਇਹ ਦੋਨੇ ਪ੍ਰਵਾਨ ਨਹੀਂ ਤਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਹੁਣ ਭਗਤ ਜੀ ਨੂੰ ਜਦੋਂ ਕਿਹਾ ਕਿ ਤੁਹਾਡੇ ਵਿੱਚ ਸ਼ਕਤੀਆਂ ਗਾਂ ਜ਼ਿੰਦਾ ਕਰੋ, ਫਿਰ ਭਗਤ ਜੀ ਕਹਿੰਦੇ ਨਹੀਂ, ਇਹ ਮੇਰਾ ਕੰਮ ਨਹੀਂ ਹੈ ਕਿ ਮੈਂ ਕਿਸੇ ਨੂੰ ਮਾਰ ਸਕਾਂ, ਮੈਂ ਕਿਸੇ ਨੂੰ ਜਵਾ ਸਕਾਂ, ਮੇਰਾ ਕੀਆ ਕਛੂ ਨਾ ਹੋਏ, ਮੇਰਾ ਕੀਤਾ ਹੋਇਆ ਕੁਝ ਨਹੀਂ ਹੋਣਾ। ਕਿਉਂ? ਕਹਿੰਦੇ ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮਾਤਮਾ ਕਰੇਗਾ ਚਾਹੇਗਾ ਉਹ ਹੋਵੇਗਾ। ਬਾਦਸ਼ਾਹ ਨੂੰ ਮੁਖਾਤਬ ਕਰਕੇ ਕਿਹਾ, ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ? ਔਰ ਬਾਦਸ਼ਾਹ ਐਸੀ ਕਦੇ ਨਹੀਂ ਹੁੰਦੀ ਕਿ ਮਨੁੱਖ ਚਾਹੇ ਕੋਈ ਮੁਰਦਾ ਜ਼ਿੰਦਾ ਹੋ ਜਾਵੇ। ਜੇ ਮਨੁੱਖ ਦੀ ਚਾਹਨਾ ਨਾਲ ਹੋਵੇ ਨਾ ਤਾਂ ਕਿਸੇ ਦਾ ਨੌਜਵਾਨ ਔਰ ਧੀ ਪੁੱਤਰ ਚੜ੍ਹਾਈ ਕਰ ਜਾਂਦਾ ਹੈ, ਬਚਪਨੇ ਵਿੱਚ ਚੜ੍ਹਾਈ ਕਰ ਜਾਂਦਾ ਹੈ, ਅਤੇ ਹੋਰ ਪਤਵੰਤੇ ਮਿਲ ਕੇ ਸੰਗਤ ਮਿਲ ਕੇ ਉਹਨਾਂ ਦੀ ਇੱਛਾ ਇਹ ਲੰਬੀ ਆਦੂ ਭੋਗੇ ਅਤੇ ਉਹਨੂੰ ਜ਼ਿੰਦਾ ਕਰ ਲਿਆ ਕਰਨ। ਕਹਿੰਦੇ ਐਸਾ ਨਹੀਂ ਹੁੰਦਾ, ਬਿਸਮਿਲ ਕੀਆ ਨਾ ਜੀਵੈ ਕੋਏ,
ਮਰਿਆ ਹੋਇਆ ਕੋਈ ਜ਼ਿੰਦਾ ਨਹੀਂ ਹੁੰਦਾ। ਆਪਣੀ ਮਨ ਮਰਜ਼ੀ ਦੇ ਨਾਲ, ਆਪਣੀ ਮਨਮਾਨੀ ਦੇ ਨਾਲ ਕੋਈ ਬਾਦਸ਼ਾਹ ਕਿਸੇ ਨੂੰ ਜ਼ਿੰਦਾ ਨਹੀਂ ਕਰ ਸਕਦਾ। ਜੋ ਪਰਮਾਤਮਾ ਚਾਹੇ ਉਹ ਹੁੰਦਾ। ਅਤੇ ਭਗਤ ਜੀ ਨੂੰ ਫਿਰ ਉਹਨੇ ਕਿਹਾ, ਬਾਦਸ਼ਾਹ ਨੇ, ਕਹਿਣ ਲੱਗੇ ਤੈਨੂੰ ਕੁਝ ਸਮਾਂ ਦਿੱਤਾ ਜਾਂਦਾ, ਔਰ ਉਸ ਸਮੇਂ ਦੌਰਾਨ ਜੇ ਤੂੰ ਗਾਂ ਜ਼ਿੰਦਾ ਕਰ ਦਿੱਤੀ ਤੂੰ ਜ਼ਿੰਦਾ ਰਵੇਂਗਾ, ਨਹੀਂ ਤਾਂ ਮੌਤ ਦੇ ਘਾਟ ਉਤਾਰਿਆ ਜਾਏਗਾ। ਦੂਜੀ ਆਪਸ਼ਨ ਇਹ ਆ, ਦੂਜਾ ਕਾਰਨ ਬਚਣ ਦਾ ਇਹ ਆ ਕਿ ਤੂੰ ਇਸਲਾਮ ਨੂੰ ਕਬੂਲ ਕਰ ਲੈ। ਸਲਾਮੀ ਸ਼ਰ੍ਹਾਂ ਵਿੱਚ ਆ ਕੇ ਖੁਦਾ ਖੁਦਾ ਜਪਿਆ ਕਰ। ਭਗਤ ਜੀ ਨੂੰ ਜਦੋਂ ਐਸਾ ਕਿਹਾ, ਕੈਦੀ ਬੁਣਾ ਦਿੱਤਾ। ਮਹਾਰਾਜ ਨੇ ਬਾਣੀ ਅੰਦਰ ਵੀ ਬਚਨ ਕਹਿ ਕਿ ਸਾਤ ਘੜੀ ਜਬ ਬੀਤੀ ਸੁਣੀ। ਇਹ ਹੁਕਮ ਦਿੱਤੇ ਨੂੰ ਬਾਦਸ਼ਾਹ ਦੇ ਸੱਤ ਘੜੀਆਂ ਬਤੀਤ ਹੋ ਗਈਆਂ। ਅਜੋ ਨਾ ਆਇਓ ਤਿਰਭਵਨ ਧਨੀ। ਤਿੰਨਾਂ ਲੋਕਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਨਹੀਂ ਅਜੇ ਹੋਇਆ। ਅਤੇ ਜਿਹੜੇ ਭਗਤ ਜੀ ਦੇ ਪ੍ਰੇਮ ਵਾਲੇ ਸਨ ਨਾ, ਉਹਨਾਂ ਦੇ ਬੜੀ ਚਿੰਤਾ। ਬੜੇ ਨਿਰਾਸ਼ਾਵਾਦੀ ਨੂੰ ਮਨ ਜਾਂਦਾ ਕਿ ਅੱਧੀ ਘੜੀ ਬਾਕੀ ਰਹਿ ਗਈ, ਹੁਣ ਬਾਦਸ਼ਾਹ ਨੇ ਜਾਂ ਭਗਤ ਜੀ ਨੂੰ ਅਸਲਾਮੀ ਸ਼ਰ੍ਹਾਂ ਵਿੱਚ ਲੈ ਆਉਣਗੇ ਅਤੇ ਜਾਂ ਫਿਰ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਉੱਥੇ ਭਗਤ ਜੀ ਨੇ ਕਿਹਾ ਸੀ, ਨਾ ਮੈਂ ਗਊ ਜ਼ਿੰਦਾ ਕਰਨੀ ਹੈ, ਮੇਰੇ ਵਿੱਚ ਕੋਈ ਤਾਕਤ ਨਹੀਂ ਹੈ, ਅਤੇ ਨਾ ਮੈਂ ਤੇਰੀ ਸ਼ਰ੍ਹਾਂ ਪ੍ਰਵਾਨ ਕਰਨੀ ਹੈ, ਮੈਂ ਰਾਮ ਰਾਮ ਛੱਡ ਕੇ ਖੁਦਾ ਖੁਦਾ ਨਹੀਂ ਕਹਿਣਾ। ਜਿੰਨੇ ਭਗਤ ਜੀ ਦੇ ਪ੍ਰੇਮ ਵਾਲੇ ਉਹਨਾਂ 'ਚੋਂ ਕਿਸੇ ਨੇ ਭਗਤ ਜੀ ਦੀ ਮਾਂ ਨੂੰ ਜਾ ਦੱਸਿਆ। ਮਾਂ ਦੇ ਵਿੱਚ ਮਮਤਾ, ਮਾਂ ਅੰਦਰੋਂ ਅੰਦਰਾਂ ਤੜਫੀਆਂ, ਅਤੇ ਪੁੱਤਰ ਕੋਲ ਚੱਲ ਕੇ ਆਈ, ਆ ਕੇ ਕਹਿਣ ਲੱਗੀ, ਮੇਰੇ ਲਾਲ, ਮੈਂ ਬੜੀ ਵਾਰ ਤੇਰੇ ਮੁੱਖ ਤੋਂ ਬੋਲ ਸੁਣੇ ਆ, ਤੂੰ ਔਰ ਮੁਸਲਮਾਨੀ ਸ਼ਰ੍ਹਾਂ ਦੇ ਮੁਸਲਮਾਨੀ ਔਰ ਲਿਪੀ ਦੇ ਬੋਲ ਬੋਲ ਦਿੰਦਾ ਹੈ, ਕਾਦਰ ਕਰਤਾ ਕਰੀਮ ਅੱਲਾ ਰਹੀਮ ਆਦਿ ਬੋਲ ਅਕਸਰ ਬੋਲਦਾ ਹੈ, ਅਤੇ ਤੂੰ ਖੁਦਾ ਖੁਦਾ ਕਹਿਣ ਲੱਗਦਾ, ਰੱਬ ਦਾ ਨਾਂ ਹੀ ਜਪਣਾ, ਕਿੱਡੀ ਕੁ ਗੱਲ ਹੈ। ਪੁੱਤਰ ਤੇਰੀ ਜਾਨ ਬਚ ਜਾਵੇਗੀ ਜੇ ਤੈਨੂੰ ਮੇਰੇ ਲਾਲ ਕੁਝ ਹੋ ਗਿਆ ਨਾ, ਤਾਂ ਬਚਣਾ ਮਵੀ ਨਹੀਂ ਹੋ, ਕਿਉਂਕਿ ਪੁੱਤਰ ਦੇ ਵਿਯੋਗ ਵਿੱਚ ਮੈਂ ਨਹੀਂ ਜਿਉਣਾ ਚਾਹੁੰਦੀ। ਜਦੋਂ ਐਸੇ ਬਚਨ ਹੋਏ, ਕਹਿੰਦੇ ਭਗਤ ਜੀ ਦੀ ਮਾਂ ਕੋਲ ਆਈਏ, ਆ ਕੇ ਉਹਦੇ ਨੇਤਰ ਸੇਜਲ ਹੋ ਗਏ। ਭਗਤ ਜੀ ਨੇ ਬਚਨ ਕੀਤੇ, ਰੋਦਨ ਕਰੇ ਨਾਮੇ ਕੀ ਮਾਏ। ਇਹ ਭਗਤ ਬਾਬਾ ਨਾਮਦੇਵ ਜੀ ਨੇ ਆਪ ਬਾਣੀ ਅੰਦਰ ਬਚਨ ਲਿਖੇ ਕਿ ਮਾਤਾ ਵੀ ਆ ਕੇ ਰੋਣ ਲੱਗ ਪਈ ਪੁੱਤਰ ਮੋਹ ਦੇ ਅੰਦਰ। ਕੀ ਕਹਿੰਦੀ ਹੈ, ਛੋਟ ਰਾਮ ਕੀ ਨਾ ਭਜੇ ਖੁਦਾਏ, ਰਾਮ ਰਾਮ ਛੱਡ ਦੇ, ਜਾਨ ਬਚਾ, ਹੈ ਤਾਂ ਰੱਬ ਦਾ ਹੀ ਨਾਂ ਹੈ, ਅੱਲਾ ਕਹੋ, ਖੁਦਾ ਕਹੋ, ਰਾਮ ਕਹੋ, ਹੈ ਤਾਂ ਰੱਬ ਦਾ ਹੀ ਨਾਂ ਹੈ ਨਾ, ਅਤੇ ਤੂੰ ਰਾਮ ਛੱਡ ਦੇ। ਅਤੇ ਕਹਿਣ ਲੱਗੀ ਕਿ ਨਾ ਭਜੇ ਖੁਦਾ ਹੈ, ਤੂੰ ਖੁਦਾ ਖੁਦਾ ਜਪਣ ਲੱਗ ਪਾਓ। ਜਦੋਂ ਐਸਾ ਕਿਹਾ, ਕਹਿਣ ਲੱਗੇ, ਨਹੀਂ ਮਾਂ, ਐਸਾ ਨਹੀਂ ਹੈ,
ਕਿ ਰਾਮ ਹੋਰੇ ਖੁਦਾ ਹੋਰੇ, ਪਰ